ਬ੍ਰਦਰ ਸਿਸਟਰ ਦੀ ਬੱਚੇਦਾਨੀ ਦੇ ਵਿੱਚ ਰਸੌਲੀਆਂ ਸੀ ਪਾਸਟਰ ਜੀ, ਡਾਕਟਰਾਂ ਨੇ ਕਿਹਾ ਸੀ ਵੀ ਤੁਹਾਡੇ ਕੋਈ ਬੱਚਾ ਨਹੀਂ ਹੁਣ ਹੋਣਾ, ਇਹਨਾਂ ਦੇ ਇੱਕ ਬੱਚੀ ਆ ਪਾਸਟਰ ਜੀ, ਉਹਨੇ ਕਿਹਾ ਆਪਰੇਸ਼ਨ ਹੋਣਾ ਆ, ਨਹੀਂ ਬੱਚਾ ਹੋਣਾ ਤੁਹਾਡੇ ਕਦੇ ਵੀ ਇਹ ਰਸੌਲੀਆਂ ਦਾ ਆਪਰੇਸ਼ਨ ਨਹੀਂ ਹੋਣਾ ਪਾਸਟਰ ਜੀ, ਤੁਸੀਂ ਕਿਹਾ ਤੁਹਾਡੇ ਗੁਪਤ ਰੋਗ ਜਾ ਰਹੇ ਆ, ਤੁਹਾਡੀਆਂ ਰਸੌਲੀਆਂ ਜਾ ਰਹੀਆਂ, ਇਹ ਸਿਸਟਰ ਵਾਸ਼ਰੂਮ ਗਏ, ਦੋ ਰਸੌਲੀਆਂ ਇਹਨਾਂ ਦੇ ਬੱਚੇਦਾਨੀ ਵਿੱਚੋਂ ਨਿਕਲ ਕੇ ਇਹਨਾਂ ਨੇ ਡਿੱਗਿਆ ਪਾਸਟਰ ਜੀ, ਹਾਲੇਲੂਯਾ ਔਰ ਡਾਕਟਰ ਜੀ ਬਿਮਾਰੀਆਂ ਗੋਲਾ ਬਣ ਕੇ ਬਾਹਰ ਗਿਰ ਰਹੀਆਂ, ਉੱਚਲ ਰਹੀਆਂ, ਤੁਹਾਡੇ ਪੇਟ ਦੇ ਵਿੱਚ ਕੌਣ ਹੋ ਰਿਹਾ? ਹੋਲੀ ਗੋਸਟ ਫਾਇਰ, ਹੋਲੀ ਗੋਸਟ ਫਾਇਰ, ਰਿਸੀਵ ਬਿਗ ਮਿਰੇਕਲ, ਰਿਸੀਵ ਬਿਗ ਮਿਰੇਕਲ। ਦੇਖੋ ਦੋ ਰਸੌਲੀਆਂ ਬਾਹਰ ਨਿਕਲੀਆਂ, ਤਾਰੀਫ ਕਰੋ ਜ਼ੋਰ ਨਾਲ ਪਰਮੇਸ਼ਰ ਜੀ। ਬਿਲਕੁਲ ਠੀਕ ਹੈ, ਕਿੱਡੇ ਰਸੌਲੀਆਂ ਸੀ, ਕਿੱਦਾਂ ਦੀਆਂ ਸੀ? ਵੱਡੀਆਂ ਵੱਡੀਆਂ, ਸਾਡੇ ਵਿੱਚ ਇੰਨੀ ਪਹੁੰਚ ਨਹੀਂ ਸੀ ਕਿ ਅਸੀਂ ਆਪਰੇਸ਼ਨ ਕਰਵਾ ਸਕੀਏ। ਹਾਂਜੀ, ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ। ਦੂਸਰੀ ਜਿਹੜੀ ਅਦਭੁਤ ਗਵਾਈ ਆ ਪਾਸ ਜੀ, ਇਹਨਾਂ ਦੀ ਬਾਂਹ ਦੇ ਨੀਚੇ ਬਹੁਤ ਵੱਡੀ ਰਸੌਲੀ ਸੀ ਜੋ ਲਮਕਦੀ ਸੀ ਪਾਸ ਜੀ, ਜਦੋਂ ਹੁਣੇ ਹੀ ਇਹਨਾਂ ਨੇ ਪਲਪੜ ਦੇ ਉੱਤੇ ਚੈੱਕ ਕੀਤਾ ਔਰ ਰਸੌਲੀ ਬਿਲਕੁਲ ਲਟਕ ਰਹੀ ਸੀ ਗੱਡੀ, ਪੇਨ ਵੀ ਹੁੰਦੀ ਸੀ। ਕਿੰਨੇ ਟਾਈਮ ਤੋਂ ਸੀ ਇਹ ਗੱਡੀ? ਚਾਰ ਪੰਜ ਸਾਲ ਤੋਂ। ਏਡੀ ਵੱਡੀ ਗੱਡੀ ਇੱਥੇ ਕੱਚ ਦੇ ਵਿੱਚ ਅੰਡਰ ਆਰਮਸ ਦੇ ਵਿੱਚ ਲਟਕ ਰਹੀ ਸੀ, ਦਰਦ ਵੀ ਹੋ ਰਹੀ ਸੀ, ਪੇਨ ਵੀ ਹੋ ਰਹੀ ਸੀ, ਔਰ ਅੱਜ ਉਹ ਗਾਇਬ ਹੋ ਗਈ। ਜਦੋਂ ਕਿ ਗਿਲਟੀਆਂ ਗਾਇਬ ਹੋ ਰਹੀਆਂ, ਗਾਇਬ ਹੋ ਗਈ। ਪਾਸ ਜੀ ਇਹਨਾਂ ਦੇ ਪਿਛਲੇ ਸੰਡੇ ਵੀ ਰਸੌਲੀਆਂ ਨਿਕਲੀਆਂ ਪਾਸ ਜੀ, ਬਾਥਰੂਮ ਦੇ ਵਿੱਚ ਜਾ ਕੇ ਪਿਛਲੇ ਸੰਡੇ ਸਾਡੀ ਰਸੌਲੀਆਂ ਨਿਕਲੀਆਂ। ਉਸ ਤੋਂ ਬਿਲਕੁਲ ਠੀਕ ਆ, ਕੋਈ ਦਰਦ ਨਹੀਂ। ਉਦੋਂ ਪਿਛਲੇ ਸੰਡੇ ਸਾਡਾ ਕਾਰੋਬਾਰ ਨਹੀਂ ਸੀ ਚੱਲਦਾ ਗੱਡੀ ਦਾ, ਉਦੋਂ ਵੀ ਮੈਂ ਗਵਾਹੀ ਹਰ ਸੰਡੇ ਪਾਸ ਜੀ ਗਵਾਹੀ ਦੇ ਨਾਲ ਆ ਰਹੇ ਆ ਪਾਸ ਜੀ। ਪਹਿਲੇ ਸੰਡੇ ਤੁਹਾਡਾ ਕਾਰੋਬਾਰ ਚੱਲਿਆ, ਜਿਹੜਾ ਕੰਮ ਨਹੀਂ ਚੱਲਦਾ ਤੁਸੀਂ ਗਵਾਹੀ ਦਿੱਤੀ, ਪਹਿਲੀ ਗਵਾਹੀ ਦੇ ਕੇ ਪੁਲਪਟ ਦੇ ਕਦਮ ਰੱਖ ਕੇ ਗਏ। ਉਸ ਤੋਂ ਬਾਅਦ ਅਗਲੇ ਪਿਛਲੇ ਐਤਵਾਰ ਜਿਹੜੇ ਮੈਂ ਤੁਹਾਨੂੰ ਦੱਸਿਆ ਰਸੌਲੀ ਨਿਕਲੀ ਹੋਈ ਇਹਨਾਂ ਦੀ ਨਿਕਲੀਆਂ, ਵਾਸ਼ਰੂਮ ਗਏ, ਦੋ ਰਸੌਲੀਆਂ ਇਹਨਾਂ ਦੀਆਂ ਬਾਹਰ ਨਿਕਲ ਗਈਆਂ ਪਿਛਲੇ ਐਤਵਾਰ। ਅੱਜ ਤੁਸੀਂ ਆਏ, ਅੱਜ ਤੁਹਾਡੀ ਗਿਲਟੀ ਗਾਇਬ ਹੋ ਗਈ ਕੱਚ ਦੇ ਵਿੱਚੋਂ, ਔਰ ਬਾਂਹ ਜਿਹੜੀ ਕਿੰਨੀ ਨਹੀਂ ਸੀ ਚੱਕ ਪਾਉਂਦੇ, ਮਤਲਬ ਕਿੱਦਾਂ ਦਰਦ ਹੁੰਦਾ ਸੀ? ਜਦੋਂ ਤੁਸੀਂ ਕਹਿ ਰਹੇ ਸੀ ਵੀ ਹੱਥ ਖੜੇ ਕਰੋ, ਉਦੋਂ ਮੈਨੂੰ ਪ੍ਰੋਬਲਮ ਆਉਂਦੀ ਸੀ। ਕਿੰਨੇ ਸਾਲ ਤੋਂ ਦਰਦ ਹੁੰਦਾ ਸੀ ਬਾਂਹ 'ਚ? ਮੇਰੇ 4-5 ਸਾਲ ਤੋਂ। 4-5 ਸਾਲ, ਹਾਂਜੀ 4-5 ਸਾਲ ਤੋਂ, ਔਰ ਅੱਜ ਚੱਕ ਪਾ ਰਹੇ, ਪੂਰੀ ਘੁਮਾ ਸਕਦੇ ਆ? ਹਾਂਜੀ, ਅੱਜ ਮੇਰੇ ਹਸਬੰਡ ਵੀ ਆਏ ਨੇ ਮੇਰੇ ਨਾਲ ਗੱਡੀ 'ਚ। ਕਹਿੰਦਾ ਮੈਂ ਹੂੰ ਯੀਸ਼ੂ ਮਸੀਹਾ, ਯੀਸ਼ੂ ਖੁਦਾਵੰਦ ਦਾ ਜਿੰਦਾ ਲਹੂ। ਕਹਿੰਦਾ ਮੇਰਾ ਕੰਮ ਹੈ ਦੇਣਾ ਸ਼ਿਫਾ, ਯੀਸ਼ੂ ਦਾ ਕੰਮ ਹੀ ਹੈ ਚੰਗਾ ਦਿਆ ਕਰਨਾ। ਹਾਲੇ ਲੋਈਆ,
ਯਿਸੂ ਦਾ ਕੰਮ ਹੀ ਚੰਗਾ ਕਰਨਾ ਹੈ, ਜ਼ਿੰਦਗੀ ਬਦਲਣਾ, ਪਵਿੱਤਰ ਕਰਨਾ, ਸਵਰਗ ਲੈ ਕੇ ਜਾਣਾ ਆਪਣੇ ਲੋਕਾਂ ਨੂੰ, ਜਿਹੜੀ ਸੱਚੇ ਆਰਾਧਕ ਹੈ ਉਹਦੇ। ਹਾਲੇਲੂਇਆ, ਤਾਰੀਫ ਕਰੋ। ਸਭ ਤੋਂ ਵੱਡਾ ਆਨੰਦ ਇਹ ਆ ਜਿਹਨਾਂ ਨੇ ਬਪਤਿਸਮਾ ਲਿਆ ਉਹ ਸਵਰਗ ਜਾਣ ਵਾਲੇ ਆ, ਕਿਉਂਕਿ ਉਹਨਾਂ ਦੇ ਪਾਪਾਂ ਦੀ ਮਾਫੀ ਹੋ ਚੁੱਕੀ ਆ। ਯਿਸੂ ਦੇ ਲਹੂ ਦੇ ਜਿਹੜਾ ਪਾਪਾਂ ਦੀ ਸਜ਼ਾ, ਉਹਨਾਂ ਨੂੰ ਸਜ਼ਾ ਮਿਲਣੀ ਸੀ, ਯਿਸੂ ਨੇ ਆਪਣੇ ਉੱਤੇ ਕਰੂਸ ਉੱਤੇ ਲੈ ਲਈ। ਹੁਣ ਉਹ ਦੋਸ਼ੀ ਨਹੀਂ ਆ, ਉਹ ਪਵਿੱਤਰ ਹੋ ਚੁੱਕੇ ਆ, ਸਵਰਗ ਰਾਜ ਦੇ ਅਧਿਕਾਰੀ। ਕੋਈ ਵੀਜ਼ਾ ਲੱਗੇ ਚਾਹੇ ਨਾ, ਸਵਰਗ ਦਾ ਵੀਜ਼ਾ ਜ਼ਰੂਰ ਲੱਗਣਾ ਚਾਹੀਦਾ। ਤਾਰੀਫ ਕਰੋ ਪਰਮੇਸ਼ਵਰ ਦੀ। ਪਰ ਬਿਲਕੁਲ ਫ੍ਰੀ ਆ ਤੁਸੀਂ? ਮੈਂ ਬਹੁਤ ਬਹੁਤ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਕਿੱਥੋਂ ਆਏ ਤੁਸੀਂ? ਪਿੰਡ ਜਗਰਾਉਂ। ਜਗਰਾਉਂ ਤੋਂ? ਤਾਰੀਫ ਕਰੋ ਪਰਮੇਸ਼ਵਰ। ਹਾਂਜੀ।